ਕੀਤਾ ਔਰ ਉਹਦੀ ਪੁੱਛਗਿੱਛ ਦੇ ਦੌਰਾਨ ਜਿਹੜੇ ਹੋਰ ਚਾਰ ਬੰਦੇ ਨਾਮਜ਼ਦ ਹੋਏ ਜਿਨ੍ਹਾਂ ਵਿੱਚੋਂ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਹਜੇ ਭਗੌੜਾ ਹੈ। ਔਰ ਜਿਨ੍ਹਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ ਤਿੰਨ ਕੇਸਿਸ ਦੇ ਵਿੱਚ ਪੀਓ ਵੀ ਹੈ, ਜਿਨ੍ਹਾਂ ਵਿੱਚੋਂ ਦੋ ਏਟੀਐਮ ਕੇਸ ਹੈ ਅਤੇ ਇੱਕ ਡਿਪਾਰਟੀ ਹੈ। ਸਰ ਜਿਹੜੇ ਫੜੇ ਉਹਨਾਂ ਦਾ ਨਾਮ ਕੀ ਹੈ? ਜਿਹੜਾ ਸਭ ਤੋਂ ਪਹਿਲਾਂ ਪਕੜਿਆ ਜੀ ਉਹ ਤਾਂ ਲਵਪ੍ਰੀਤ ਸਿੰਘ ਸੀਗਾ ਜੀ, ਤਰਨ ਤਾਰਨ ਦਾ ਰਹਿਣ ਵਾਲਾ, ਅਤੇ ਜਿਹੜੇ ਤਿੰਨ ਬਾਅਦ 'ਚੋਂ ਪਕੜਿਆ ਹੋਇਆ ਮਨਪ੍ਰੀਤ ਸਿੰਘ ਅੰਮ੍ਰਿਤਸਰ ਦਾ, ਮੰਗਲ ਸਿੰਘ ਇਹ ਤਰਨ ਤਾਰਨ ਦਾ ਅਤੇ ਬਲਜਿੰਦਰ ਸਿੰਘ ਵੀ ਤਰਨ ਤਾਰਨ। ਬਰਾਮਦ ਕੀ ਹੈ ਸਰ? ਇਹਨਾਂ ਕੋਲ ਬਰਾਮਦ ਜੀ ਇੱਕ ਇਨੋਵਾ ਹੋਈ ਹੈ ਜੀ, ਇੱਕ ਗੈਸ ਕਿੱਟ ਹੋਈ ਹੈ, ਆਕਸੀਜਨ ਸਿਲੰਡਰ, ਗੈਸ ਸਿਲੰਡਰ, ਇੱਕ ਲੋਹੇ ਦੀ ਰੋਡ, ਇੱਕ ਪੇਚਾ ਵਾਲਾ ਡਰਾਈਵਰ ਅਤੇ ਦੋ ਪਰਨੇ। ਸਰ ਐਕਚੁਅਲ ਸਪੈਸ਼ਲੀ ਇੱਥੇ ਆਏ ਸੀ ਗੈਸ ਕੱਟਣ ਨਾਲ ਲੈ ਕੇ ਆਇਆ ਸੀ, ਗੈਸ ਕੱਟ ਰਿਹਾ ਸੀ ਡੈਫੀਨੇਟਲੀ ਜਦੋਂ ਕੋਈ ਕ੍ਰਾਈਮ ਕਰਦੇ ਟੈਕੀ ਵਗੈਰਾ ਕਰਕੇ ਹੀ ਆਉਂਦੇ। ਕਹਿ ਰਹੇ ਸੀਗੇ ਕਿ ਤਿੰਨ ਲੋਕ ਇਹਦੇ ਨਾਲ ਸੀਗੇ, ਉਸ ਦੀ ਟੀਮ ਜਦੋਂ ਮੌਕੇ 'ਤੇ ਪਹੁੰਚੀ ਭੱਜ ਗਏ ਸੀਗੇ, ਉਸ ਦੌਰਾਨ ਇਹਨੂੰ ਲਵਪ੍ਰੀਤ ਨੂੰ ਮੌਕੇ 'ਤੇ ਫੜ ਦਿੱਤਾ ਗਿਆ। ਜੀ ਜੀ ਫੜ ਲਿਆ ਲਵਪ੍ਰੀਤ ਨੂੰ ਫੜਨ ਤੋਂ ਬਾਅਦ ਸ਼ੀਸ਼ੀ ਦੇ ਵਿੱਚ ਇੱਕ ਉਹ ਜਿਹੜਾ ਸਮਝ ਕਹਿ ਰਿਹਾ ਕਿ ਭਗੋੜਾ ਹੈ, ਜਿਹੜੇ ਇਹਨਾਂ ਨੇ ਮੰਗਲ ਸਿੰਘ ਨੇ ਦੋ ਪਹਿਲਾਂ ਮਾਰਦਾ ਸੀ ਅਤੇ ਕਿਹੜੀ ਕਿਹੜੀ ਜਗ੍ਹਾ 'ਤੇ ਕੀਤੀ? ਮਨਪ੍ਰੀਤ ਨੇ ਨਹੀਂ, ਮਨਪ੍ਰੀਤ ਹੈ ਮਗਨ ਸਿੰਘ, ਮਨਪ੍ਰੀਤ ਨੇ ਕੀਤੀ ਹੈ। ਇਹ ਹੈਗੀ ਜੀ ਇੱਕ ਫੱਤੂ ਸਿੰਘ ਸੀ ਏਟੀਐਮ ਬ੍ਰੇਕ 'ਚ, ਅਤੇ ਇੱਕ ਡਿਵੀਜ਼ਨ ਨੰਬਰ 8 ਦੇ ਵਿੱਚ ਸਾਡੀ ਏਟੀਐਮ ਬ੍ਰੇਕ 'ਚ, ਅਤੇ ਇੱਕ ਕਾਂਡੇ ਵਿੱਚ ਦੀ ਪਾਰਟੀ ਦਾ ਬੱਚਾ ਬੈਠਾ। ਬਹੁਤ ਜ਼ਿਆਦਾ ਇੱਕ ਦੂਜੇ ਨਾਲ ਲਾਇਜ਼ਨ ਇਹਨਾਂ ਦਾ ਹਾਲੇ ਤੱਕ ਸਾਬਿਤ ਨਹੀਂ, ਉਹੀ ਤਫਤੀਸ਼ ਚੱਲ ਰਹੀ ਹੈ। ਜਿਹੜਾ ਇੱਕ ਰਹਿ ਗਿਆ ਸ਼ਾਇਦ ਉਹਦੇ ਕੋਲੋਂ ਕੁਛ ਡਿਵੀਜ਼ਨ ਨੰਬਰ 8 ਇੱਕ ਰੂਰਲ ਏਰੀਆ ਚੂਜ਼ ਕੀਤਾ ਜੀ ਇਹਨਾਂ ਨੇ, ਮੇ ਬੀ ਉੱਥੇ ਇਹਨਾਂ ਨੂੰ ਇਹ ਲੱਗਦਾ ਹੈਗਾ ਕਿ ਆਈਸੋਲੇਟਿਡ ਹੈ, ਉੱਥੇ ਬਹੁਤ ਜ਼ਿਆਦਾ ਕਸਟਮਰ ਵੀ ਆਉਂਦੇ ਅਤੇ ਪੈਸੇ ਵੀ ਜ਼ਿਆਦਾ ਮਿਲਣਗੇ ਔਰ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਹੁੰਦੀ, ਇਸ ਕਰਕੇ ਸਾਨੂੰ ਉੱਥੇ ਸੌਂਪ ਦੇ। ਅੱਛਾ ਇੱਕ ਚੀਜ਼ ਦੱਸਣਾ, ਇਹਨਾਂ ਨੇ ਪਰਟੀਕੁਲਰ ਬਾਹਰੋਂ ਜਿੱਦਾਂ ਬਾਹਰਲੇ ਜ਼ਿਲ੍ਹੇ 'ਚੋਂ ਆਏ ਹੈਗੇ, ਤਰਨ ਤਾਰਨ ਜਾਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਏ ਹੈਗੇ, ਜਲੰਧਰ ਚੂਜ਼ ਕੀਤਾ ਹੈ ਜਾਂ ਹੋਰ ਵੀ ਪਰਟੀਕੁਲਰ ਏਰੀਆਜ਼ ਹੈਗੇ ਜਿਹੜੇ ਇਹਨਾਂ ਨੇ ਚੂਜ਼ ਕੀਤੇ ਆ ਜਾਂ ਇਹਨਾਂ ਦੇ ਪਿੰਨਪੁਆਇੰਟ ਹੋਣਗੇ? ਪੁਰਾਣੇ ਕੇਸ ਹੈਗੇ ਇਹਨਾਂ ਦੇ, ਇੱਕ ਟਾਂਡੇ ਦਾ ਇੱਕ ਬੰਦੇ ਦੇ ਉੱਤੇ ਕੇਸ ਹੈ, ਜਿੱਦਾਂ ਇੱਕ 8 ਨੰਬਰ ਦੇ ਏਰੀਆ ਦੇ ਵਿੱਚ ਕੀਤਾ ਹੈ, ਇੱਕ ਟਾਂਡੇ 'ਚ ਕੀਤਾ ਹੈਗਾ।
ਪਾਰਟੀਕੂਲਰ ਏਰੀਆ ਜਲੰਧਰ ਦਾ ਹੀ ਪੈ ਗਿਆ ਨਾ, ਹੁਸ਼ਿਆਰਪੁਰ ਨਾਲ ਨਾਲ ਹੀ ਹੋਇਆ, ਹੁਸ਼ਿਆਰਪੁਰ ਪੈ ਗਿਆ, ਕਪੂਰਥਲਾ ਪੈ ਗਿਆ, ਇਸੇ ਬੈਂਚ ਨੂੰ ਚੂਜ਼ ਕਰਦੇ ਆਪਣੇ ਏਰੀਆ ਤੋਂ ਬਾਹਰ ਆ ਕੇ ਕਰਦੇ। ਓਕੇ, ਇਹਦੇ ਵਿੱਚ ਗੈਂਗ ਦੇ ਵਿੱਚ ਸਰ ਕੋਈ ਬੈਂਕ ਦਾ ਇੰਪਲਾਈ ਵੀ ਕੋਈ ਹੈਗਾ ਇਹਦੇ ਵਿੱਚ, ਇਸ ਗੈਂਗ ਵਿੱਚ ਕੋਈ ਬੈਂਕ ਦਾ ਇੰਪਲਾਈ? ਨਹੀਂ ਨਹੀਂ, ਇਸ ਤਰ੍ਹਾਂ ਦਾ ਕੋਈ ਅਜੇ ਤੱਕ ਕੋਈ ਹੇਠ ਸਾਡੀ ADCP ਜ਼ੋਨ 2 ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਜਦੋਂ ਜੰਡਿਆਲਾ ਤੋਂ ਗਰਾਇਆ ਰੋਡ ਦੇ ਉੱਤੇ ਕੈਨਰਾ ਬੈਂਕ ਦੀ ATM 'ਚ ਹੋ ਰਹੀ ਲੁੱਟ ਨੂੰ ਮੌਕੇ 'ਤੇ ਕੈਪਚਰ ਕਰ ਲਿਆ ਗਿਆ ਔਰ ਇੱਕ ਦੋਸ਼ੀ ਉੱਥੋਂ ਜਿਹੜਾ ਕਿ ਗੈਸ ਕਟਰ ਯੂਜ਼ ਕਰਕੇ ATM ਨੂੰ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਦੀ ਪੁੱਛਗਿੱਛ ਦੌਰਾਨ ਜੋ ਖੁਲਾਸੇ ਸਾਹਮਣੇ ਹੋਏ ਉਹਦੇ ਵਿੱਚ 3 ਦੋਸ਼ੀ ਹੋਰ ਗ੍ਰਿਫਤਾਰ ਕੀਤੇ ਨੇ। ਇਹਨਾਂ ਦੋਸ਼ੀਆਂ ਦੇ ਵਿੱਚੋਂ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਕਿ ਸਾਡਾ 3 ਕੇਸਿਸ ਦੇ ਵਿੱਚ PO ਹੈ ਔਰ ਉਹਦੇ ਉੱਤੇ ਪਹਿਲਾਂ ਡੀਐਮ ਬ੍ਰੇਕ ਲਿਆ ਔਰ ਇੱਕ ਡਕੈਤੀ ਦਾ ਕੇਸ ਆਲਰੇਡੀ ਦਰਜ ਹੈ। ਸਰ ਇਹ ਕਿੱਥੇ ਦੇ ਰਹਿਣ ਵਾਲੇ? ਇਹ ਚੋ ਜ਼ਿਆਦਾਤਰ ਜਿਹੜੇ ਨੇ ਇਹ ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ। ਇਹਨਾਂ ਦਾ ਪਹਿਲੇ ਵੀ ਕੋਈ ਪਰਚੇ ਜਿਹੜੇ ਹੈਗੇ? ਹਾਂਜੀ, ਇਹ ਦੱਸਿਆ ਜੀ ਮਨਪ੍ਰੀਤ ਦੇ ਉੱਤੇ 3 ਪਰਚੇ ਆਲਰੇਡੀ ਹੈਗੇ ਆ। ਬਰਾਮਦਗੀ ਕੀ ਹੋਈ ਹੈ ਇਹਨਾਂ ਕੋਲੋਂ? ਜੀ ਇੱਕ ਇਨੋਵਾ ਕਾਰ ਅਤੇ ਗੈਸ ਕਟਰ ਔਰ ਆਕਸੀਜਨ ਸਿਲੰਡਰ, ਇੱਕ ਗੈਸ ਸਿਲੰਡਰ, ਲੋਹੇ ਦੀ ਰੋਡ ਅਤੇ ਪੇਚ ਪੂਚ ਜਿਹੜੇ ਹੈਗੇ ਆ ਉਹ ਸਾਰਾ ਕੁਛ ਰਿਕਵਰ ਹੋਇਆ ਬਸ 2 ਕਰਨ ਦੇ। ਹੋਰ ਵੀ ਕਿਤੇ ਵਾਰਦਾਤ ਕਰਕੇ ਉਸ ਸਮੇਂ? ਹਾਂਜੀ, ਉਸ ਸਮੇਂ ਹੋਰ ਵੀ ਕਿਤੇ ਵਾਰਦਾਤ ਕੀਤੀ ਹੈ ਕਿ ਨਹੀਂ? ਉਸ ਸਮੇਂ ਕਿਉਂਕਿ ਇਹਨਾਂ ਦੇ ਜਿਹੜੇ ਸਾਥੀ ਸੀਗੇ ਜਦੋਂ ਉਹਨਾਂ ਨੇ ਦੇਖਿਆ ਕਿ ਪੁਲਿਸ ATM ਐਂਟਰ ਕਰ ਗਈ ਉਹ ਦੂਰ ਤੋਂ ਤੱਕ ਲਗਾ ਕੇ ਬੈਠੇ ਹੋਣਾ ਅਤੇ ਉਸ ਵੇਲੇ ਦੌੜ ਗਏ। ਜਦੋਂ ਹੁਣ ਸਾਨੂੰ ਕਾਬੂ ਆਇਆ ਹੁਣ ਤਫਤੀਸ਼ ਦੇ ਵਿੱਚ ਆਏਗਾ ਕਿ ਹੋਰ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤ ਕੀਤੀ ਹੈ। ਕਿਸਨੇ ਰੈਕੀ ਕੀਤੀ, ਕਿਸਨੇ ਕੀ ਕੀਤਾ, ਇਹ ਗੈਸ ਕਟਰ ਕਿਉਂ ਕਰ ਰਹੇ ਸੀ, ਮੋਸਟ ਆਫ ਦੀ ਵੈਲਡਿੰਗ ਦਾ ਕੰਮ ਕਰਦਾ ਜਾਣਦਾ ਸੀ। ਠੀਕ ਹੈ।